ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਗੋਲੀ ਚਲਾਉਣ ਦਾ ਹੁਕਮ ਕਿਸਨੇ ਦਿੱਤਾ ਸੀ? ਜਾਖੜ ਦਾ ਸੁਖਬੀਰ ਬਾਦਲ ਨੂੰ ਸਵਾਲ। ਬਲਜੀਤ ਸਿੰਘ ਦਾਦੂਵਾਲ ਵੱਲੋਂ ਸਾਬਕਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਤੇ ਤਿੱਖੇ ਸ਼ਬਦੀ ਹਮਲੇ। 19 ਸਤੰਬਰ ਨੂੰ ਹੋਣਗੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ। ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿੰਥੈਟਿਕ ਦੁੱਧ ਬਣਾਉਣ ਦਾ ਨਾਭਾ ਵਿੱਚ ਪਰਦਾਫਾਸ਼। ਤੇ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਸਵਾਲ ਪੁੱਛਿਆ ਏ ਤੇ ਨਾਲ ਉਹਨਾਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਸਵਾਲ ਪੁੱਛਿਆ ਸੁਨੀਲ ਜਾਖੜ ਨੇ ਕਿ ਉਹ ਇਹ ਦੱਸਣ ਕਿ ਬੇਅਦਬੀ ਮਾਮਲਿਆਂ ਮਗਰੋਂ ਹੋਏ ਗੋਲੀ ਕਾਂਡਾਂ ਵਿੱਚ ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ ਸਨ? ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਫਿਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ? ਸੁਨੀਲ ਜਾਖੜ ਨੇ ਨਾਲ ਹੀ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਆਪਣੀ ਸਰਕਾਰ ਦੇ ਹੁੰਦਿਆਂ ਹੋਇਆਂ ਸੁਖਬੀਰ ਬਾਦਲ ਗ੍ਰਹਿ ਮੰਤਰੀ ਵਜੋਂ ਫੇਲ ਹੋ ਗਏ। ਸਰਦਾਰ ਸੁਖਬੀਰ ਸਿੰਘ ਬਾਦਲ ਹੈਜ਼ ਟੂ ਕਲੈਰੀਫਾਈ, ਉਹਨਾਂ ਨੂੰ ਆਹ ਗੱਲ ਦੱਸਣੀ ਪਊਗੀ, ਆਹ ਗੱਲ ਲੋਕਾਂ ਨੂੰ ਦੱਸਣੀ ਪਊਗੀ ਵੀ ਆਰਡਰ DGP ਆਫ ਦੈਟ ਟਾਈਮ ਸੁਮੇਧ ਸੈਣੀ ਨੂੰ ਗੋਲੀ ਚਲਾਉਣ ਦੇ ਆਰਡਰ ਕੀ ਬਤੌਰ ਚੀਫ ਮਿਨਿਸਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਬਤੌਰ ਹੋਮ ਮਿਨਿਸਟਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਰਡਰ ਦਿੱਤੇ ਸੀ ਜਾਂ ਨਹੀਂ। ਇਸ ਦਾ ਓਨਸ ਇਜ਼ ਔਨ ਸਰਦਾਰ ਸੁਖਬੀਰ ਸਿੰਘ ਬਾਦਲ ਟੂ ਐਕਸਪਲੇਨ ਹਿਜ਼ ਕੰਡਕਟ ਨੋਟ ਓਨਲੀ ਆਫ ਓਮਿਸ਼ਨ ਐਂਡ ਕਮਿਸ਼ਨ ਬਟ ਆਫ ਕੋਲੂਜਨ ਆਲਸੋ। ਇਨ ਲੋਕੋ ਕੇ ਸਾਥ ਮਿਲ ਕੇ ਜੋ ਉਹਨੇ ਧਰਮ ਕੋ ਬੇਚਿਆ ਹੈ, ਜਹਾਂ ਪੇ ਲਾਅ ਐਂਡ ਆਰਡਰ ਸਿਚੁਏਸ਼ਨ ਕੋ ਬਿਗਾੜਾ ਹੈ, ਜਿਸ ਤਰ੍ਹਾਂ ਫਾਇਰਿੰਗ ਕੇ ਆਰਡਰ ਦੀਏ, ਇਨ ਬਾਤੋ ਕੋ ਲੈ ਕੇ ਸਾਰੀ ਬਾਤੇ ਸਾਹਮਣੇ ਹੈ। ਜਬ ਕੈਪਟਨ ਅਮਰਿੰਦਰ ਸਿੰਘ ਜੀ ਡਰੱਗ ਇਸ਼ੂ ਕੋ ਲੈ ਕੇ ਪੰਜਾਬ ਪੁਲਿਸ ਕੋ ਦੇਣੇ ਕੀ ਬਾਤ ਕਰ ਰਹੇ ਥੇ, ਤਬ ਸਰਦਾਰ ਅਮਰਿੰਦਰ ਸਿੰਘ ਜੀ ਠੀਕ ਥੇ। ਆਜ ਅਗਰ ਜਬ ਖੁਦ ਉਨਪੇ ਦੁਬਾਰਾ ਸੇ ਬਾਤ ਆਈ ਹੈ, ਉਸ ਸਮੇਂ ਮਜੀਠੀਆ ਸਾਹਿਬ ਪੇ ਥੀ, ਆਜ ਖੁਦ ਮੇਰੇ ਖਿਆਲ ਮੈਂ ਹੋਮ ਮਿਨਿਸਟਰ ਕੇ ਤੌਰ ਪੇ ਸੁਖਬੀਰ ਬਾਦਲ ਜੀ ਵੀ ਹੈ, ਤੋ ਆਜ ਮਾਨਯ ਮੁੱਖ ਮੰਤਰੀ ਕੈਪਟਨ ਸਾਹਿਬ ਗਲਤ ਹੋ ਗਏ। ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਬਠਿੰਡਾ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਰਗਾੜੀ ਕਾਂਡ ਦੇ ਦੋਸ਼ੀ ਸੁਮੇਧ ਸੈਣੀ ਨੂੰ ਸਜ਼ਾ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਕਹਿੰਦੇ ਨੇ ਕਿ ਉਹਨਾਂ ਦੇ ਖਾਤੇ ਵਿੱਚ 16 ਕਰੋੜ ਰੁਪਏ ਆਏ ਨੇ, ਪਰ ਉਹਨਾਂ ਦੇ ਖਾਤੇ ਵਿੱਚ 1 ਕਰੋੜ ਰੁਪਈਆ ਵੀ ਨਹੀਂ ਆਇਆ। ਉਹਨਾਂ ਕਿਹਾ ਕਿ ਅੱਜ ਬਰਗਾੜੀ ਮੋਰਚਾ 90ਵੇਂ ਦਿਨ ਵਿੱਚ ਦਾਖਲ ਹੋ ਗਿਆ ਏ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜਦੋਂ ਤੱਕ ਇਸ ਹਮਲੇ ਦੇ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਉਹਨਾਂ ਦਾ ਧਰਨਾ ਜਾਰੀ ਰਹੇਗਾ। ਪਿਛਲੇ 10 ਸਾਲਾਂ ਦੇ ਵਿੱਚ ਸੁਖਬੀਰ ਬਾਦਲ, ਬਿਕਰਮ ਮਜੀਠੀਆ ਅਤੇ ਇਹਨਾਂ ਦੇ ਥਾਪੇ ਜਥੇਦਾਰ ਗੁਰਬਚਨ ਸਿੰਘ ਵਰਗਿਆਂ ਨੇ ਜੋ ਭ੍ਰਿਸ਼ਟਾਚਾਰ ਕਰਕੇ ਜੋ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਬਣਾਈਆਂ ਨੇ, ਪੰਜਾਬ ਸਰਕਾਰ ਨੂੰ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਇਹਨਾਂ ਦੀ ਜਾਂਚ ਕਰਨੀ ਚਾਹੀਦੀ ਆ। ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਜੋ ਇਹਨਾਂ ਨੇ ਰੇਤ ਮਾਫੀਆ, ਬਜਰੀ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ ਔਰ ਡਰੱਗ ਮਾਫੀਆ ਭ੍ਰਿਸ਼ਟਾਚਾਰ ਕਰਕੇ, ਜਿਹੜਾ ਬਿਕਰਮ ਮਜੀਠੀਆ ਮਨਪ੍ਰੀਤ ਬਾਦਲ ਦੇ ਕਹਿਣ ਅਨੁਸਾਰ ਕਿ ਜਦੋਂ ਸੁਖਬੀਰ ਦਾ ਵਿਆਹ ਹੋਇਆ ਤਾਂ ਹਰਸਿਮਰਤ ਨੂੰ ਕਾਰ ਵੀ ਕਿਸ਼ਤਾਂ 'ਤੇ ਕਢਾ ਕੇ ਦਿੱਤੀ, ਜੋ ਮਲੰਗ ਪੁਣੇ ਦੀ ਹੈਸੀਅਤ ਵਿੱਚ ਸਨ, ਅੱਜ ਉਹ 10 ਸਾਲਾਂ ਦੇ ਵਿੱਚ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਹੈਲੀਕਾਪਟਰਾਂ ਦੇ ਮਾਲਕ ਕਿਵੇਂ ਬਣੇ, ਇਸ ਦੀ ਜਾਂਚ ਕਰਨੀ ਚਾਹੀਦੀ ਆ ਕਿ ਕਿਸ ਤਰ੍ਹਾਂ ਇਹਨਾਂ ਦੇ ਥਾਪੇ ਜਥੇਦਾਰ ਗੁਰਬਚਨ ਸਿੰਘ ਵਰਗੇ, ਰਾਇਲ ਇਨ ਵਰਗੇ 3-star ਹੋਟਲ ਦੇ ਮਾਲਕ, ਜਿਹੜਾ ਵਰਸ਼ਾ ਫੜ ਕੇ ਸੇਵਾਦਾਰ ਭਰਤੀ ਹੋਇਆ ਸੀਗਾ, ਅੱਜ ਉਹ ਰਾਇਲ ਇਨ ਵਰਗੇ ਹੋਟਲ ਹੈ ਜਿਹੜਾ ਕਰੋੜਾਂ ਰੁਪਈਆਂ ਦਾ ਉਹਦਾ ਮਾਲਕ ਕਿਵੇਂ ਬਣਿਆ। ਜੋ ਇਹਨਾਂ ਬਾਦਲਾਂ ਨੇ ਮੇਰੇ 'ਤੇ ਇਲਜ਼ਾਮ ਲਾਏ ਆ ਕਿ ISI ਨੇ 16 ਕਰੋੜ ਰੁਪਈਆ ਦਾਦੂਵਾਲ ਦੇ ਅਕਾਊਂਟ 'ਚ ਭੇਜਿਆ, ਮੈਂ ਕਹਿਣਾ ਚਾਹੁੰਦਾ ਕਿ ਦਾਦੂਵਾਲ ਦੇ ਅਕਾਊਂਟ 'ਚ ਕਦੇ 1 ਕਰੋੜ ਦੀ ਐਂਟਰੀ ਵੀ ਨਹੀਂ ਹੋਈ। 16 ਕਰੋੜ ਤਾਂ ਬਹੁਤ ਦੂਰ ਆ। ਮੈਂ ਭਾਰਤ ਦੀ ਏਜੰਸੀ ਸਭ ਤੋਂ ਵੱਡੀ ਰਾਹ ਨੂੰ ਕਹਿਣਾ ਚਾਹੁੰਦਾ ਕਿ ਮੇਰੀ ਰਾਹ ਦੇ ਕੋਲੋਂ ਜਾਂਚ ਕਰਾ ਲੈਣ, ਇਹੋ ਜਿਹੀ ਕੋਈ ਵੀ ਗੱਲ ਨਿਕਲ ਆਏ ਮੈਂ ਸਾਰਾ ਕੁਝ ਛੱਡਣ ਵਾਸਤੇ ਤਿਆਰ ਹਾਂ। ਮੇਰੇ ਕੋਲ 4-5 ਗੁਰੂ ਘਰਾਂ ਦੀ ਕਾਰ ਸੇਵਾ ਧਰਮ ਪ੍ਰਚਾਰ ਕਰਦਾ, ਲੱਖਾਂ ਰੁਪਈਆ ਗੁਰੂ ਕੇ ਲੰਗਰਾਂ, ਬਿਲਡਿੰਗਾਂ, ਇਮਾਰਤਾਂ ਧਰਮ ਪ੍ਰਚਾਰ 'ਤੇ ਖਰਚ ਆਉਂਦਾ। ਸੰਗਤਾਂ ਦੇਸ਼ ਵਿਦੇਸ਼ ਦੀਆਂ ਸਾਨੂੰ ਕਾਰ ਸੇਵਾ ਦਿੰਦੀਆਂ ਨੇ ਔਰ ਉਸ ਕਾਰ ਸੇਵਾ ਨੂੰ ਅਸੀਂ ਧਰਮ ਪ੍ਰਚਾਰ ਗੁਰੂ ਘਰਾਂ ਦੀ ਸੇਵਾ 'ਤੇ ਖਰਚ ਕਰਦੇ ਹਾਂ। ਪਰ ਜੋ ਇਹਨਾਂ ਨੇ ਇਲਜ਼ਾਮ ਲਾਇਆ ਉਹ 100% ਨਹੀਂ, 101% ਗਲਤ ਆ। ਬਲਜੀਤ ਸਿੰਘ ਦਾਦੂਵਾਲ ਦੇ ਖਾਤੇ 'ਚ ਅੱਜ ਵੀ ਤੁਸੀਂ ਦੇਖ ਲਓ 2-2.5 ਲੱਖ ਰੁਪਏ ਤੋਂ ਵੱਧ ਜੇਕਰ ਪੈਸੇ ਮੇਰੇ ਸਾਰੇ ਅੱਧੇ ਅਕਾਊਂਟ ਤਾਂ ਇਹਨਾਂ ਨੇ ਫੇਕ ਜਨਤਕ ਕੀਤੇ ਆ, ਜਿਹੜੇ ਫੇਕ ਅਕਾਊਂਟ ਮੇਰੇ ਹੈ ਹੀ ਨਹੀਂ ਆ।
और जेडे मेरे अकाउंट उन्हां दी जांच कराई जावे उन्हां च पिछले सालां दे दौरान हुण तक कितने 5-10 लाख रुपया का लैण देण होया होवे तां उह मैं कह सकदा ते हुण उहदे च 2-2.5 लाख रुपया होवे मैं कह सकदा पर जे मेरे अकाउंट दे विच मैं तां सगो उल्टा बैंक दे कोलों 20 लाख दे करीब दा करजा लिया होया ते जिहदियां मैं हर महीने किस्तां भरदा वां ये सरासर झूठ आ। ये अपने करप्शन नूं भ्रिष्टाचार नूं सुकाउण वास्ते दूजियां नूं डराउण धमकाउण वास्ते इस तरह के इल्जाम लाउंदे इन्हां दी जांच होनी चाहीदी आ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 19 ਸਤੰਬਰ ਨੂੰ ਹੋਣਗੀਆਂ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਜਗਪਾਲ ਸਿੰਘ ਸੰਧੂ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਜਗਪਾਲ ਸਿੰਘ ਸੰਧੂ ਨੇ ਕਿਹਾ ਕਿ 4-7 ਸਤੰਬਰ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਨੇ। 10 ਸਤੰਬਰ ਨੂੰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 11 ਸਤੰਬਰ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਨੇ ਤੇ ਉਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤਾ ਜਾਵੇਗਾ। ਨਤੀਜੇ 22 ਸਤੰਬਰ ਨੂੰ ਐਲਾਨੇ ਜਾਣਗੇ। पंजाब में जिला परिषद पंचायत समिति के इलेक्शन होने जा रहे हैं। इन इलेक्शन का प्रोग्राम इस प्रकार होगा। अधिसूचना जारी करने की मिति 4 सितंबर होगी। नामजदगी पत्र दाखिल करने की अंतिम मिति 7 सितंबर है। नामजदगी पत्रों की पड़ताल 10 सितंबर को की जाएगी। नामजदगी पत्र वापस लेने की मिति 11 सितंबर होगी। पड़ताल के उपरांत जो कंटेस्टिंग कैंडिडेट्स हैं उनको सिंबल अलॉट किया जाएगा। वोट डालने की मिति 19 सितंबर होगी। हदायतों के मुताबिक वोट डालने की मिति और वोट को काउंट करने की मिति में 2 दिन का अंतर होना चाहिए, इसलिए वोटों की काउंटिंग 22 सितंबर को होगी। ये सारा काम 25 सितंबर तक मुकम्मल कर लिया जाएगा। तंदुरुस्त पंजाब मिशन तहत पंजाब सरकार वालों लगभग हर रोज किधरे न किधरे छापेमारी करके नकली चीजा बनाने का पर्दाफाश किया जा रहा है। इसे तहत नाभा ब्लाक के पिंड ददराला खरौड़ विखे छापेमारी दौरान सिंथेटिक दुध बनाने का पर्दाफाश होया है। इस विच एक गुप्त कमरे विच घर के मालक हरपाल सिंह वालों सिंथेटिक दुध तैयार किया जा रहा है। 90 किलो सिंथेटिक पाउडर यूरिया दूध मिक्स करने वाली मिक्सियां ते कैमिकल बरामद किया गया है। सेहत विभाग ने छापेमारी दौरान सारिया चीजा दे सैंपल भर लए ने ते अगली कार्रवाई आरंभ दी है। इन्हां दे कोलों 1200 लीटर दूध ते बाकी कैमिकल जिवें के मिल्क पाउडर जिन्हां दे उत्ते कोई लेबल नहीं हैगा, ग्लूकोज दे अद्धा थैला खुला ते बाकी 5-6 थैले बंद मिले ते होर कैमिकल जिहड़े बिना नाम तो कई कैमिकल मिले ने जिन्हां दे उत्ते कोई लेबल नहीं है, कोई कुछ नहीं हैगा। असीं जिहड़े जिहड़े फूड दे आइटम दे ने उहनां दे सारिआं दे सैंपल लै लए ने, लैबोरेटरी विच भेजे जाणगे टैसट वास्ते। उस तों बाद जो कार्रवाई बणदी होगी ओह करी जाऊगी। तो पुलिस वल्लों जिहड़ा बाकी समान कैमिकल दे ने बिना नेम वल्लों ओह इहनां वल्लों बरामद कर ले गए ने ते इहदे अगेंस्ट FIR करके उहनूं अरैसट वगैरह पाउणगे, जो पुलिस दी कार्रवाई पुलिस करेगी। ठीक है, इत्थे अज दराला खरौड़ हरपाल सिंह दी डेयरी ते रेड कीती गई है। रेड करन उपरांत इत्थों मतलब जिहड़ा नजायज़ समान मिलिया वह असी कब्जे च लिया, तो जिहड़ा इन्होंने हैल्थ डिपार्टमेंट ने सानू एक रुका लिख के दिता भी ये हरपाल सिंह इहदे जिहड़े इहदे नाल साथी है ते इहदे परिवार मैंबरां खिलाफ़ जिहड़े ये गुरख धंधे दे विच लोकां दी जिंदगी नाल मतलब खिलवाड़ करदे सी बच्चां नाल जाली दुध बना के, तो वो खिलाफ़ कार्रवाई की जाए। जिहड़ा इन्होंने रुका दिता वो खिलाफ़ असी परचा दर्ज करके इहदी डगाई नाल पड़ताल करांगे जी। सिख्या विभाग पंजाब वालों मास्टर केडर के 3582 भर्ती के हिंदी ते अंग्रेजी विषयों के अध्यापकों सिख्या मंत्री OP सोनी वालों नियुक्ति पत्र वंडे गए। नव नियुक्त अध्यापकों वधाई दिंदिआं सिख्या मंत्री OP सोनी ने कहा कि उन्होंने पूरी आस है कि अध्यापक सरकारी स्कूलों के म्यार नूं उच्चा चुकण विच कोई कसर बाकी नहीं छड्डणगे। रैशनलाइजेशन नीति बारे पुछे गए सवाल के जवाब विच उन्होंने कहा कि इस ते मुड़ विचार नहीं होवेगा।
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਰਾਫੇਲ ਡੀਲ ਦੀ ਕੀਮਤ ਨੂੰ ਲੈ ਕੇ ਕਾਂਗਰਸ ਜੋ ਕੁਝ ਵੀ ਕਹਿ ਰਹੀ ਹੈ ਉਹ ਸਭ ਕੁਝ ਝੂਠ ਹੈ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਖੁਦ ਵੱਖ ਵੱਖ ਭਾਸ਼ਣਾਂ ਵਿੱਚ 2007 ਵਿੱਚ ਰਾਫੇਲ ਦੀ ਪੇਸ਼ਕਸ਼ ਦੀਆਂ ਕੀਮਤਾਂ ਨੂੰ ਲੈ ਕੇ 7 ਵੱਖ ਵੱਖ ਕੀਮਤਾਂ ਦੱਸੀਆਂ ਸਨ। PSAB ਇੰਪਲਾਈਜ਼ ਜੁਆਇੰਟ ਫੋਰਮ ਵਿੱਚ ਸ਼ਾਮਿਲ ਨਿਗਮ ਦੀਆਂ 11 ਪ੍ਰਮੁੱਖ ਜਥੇਬੰਦੀਆਂ ਵੱਲੋਂ ਪਟਿਆਲਾ ਦੇ ਨਿਗਮ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਗਿਆ। ਆਪਣੀਆਂ ਤਨਖਾਹਾਂ ਨੂੰ ਲੈ ਕੇ, ਪੇ ਸਕੇਲ ਵਧਾਉਣ ਨੂੰ ਲੈ ਕੇ ਤੇ ਥਰਮਲ ਪਲਾਂਟ ਨੂੰ ਬੰਦ ਕਰਨ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਦਿੱਤਾ ਗਿਆ। ਕਾਮਿਆਂ ਨੇ ਕਿਹਾ ਕਿ 26 ਸਤੰਬਰ ਨੂੰ ਉਹ ਇੱਕ ਰੋਜ਼ਾ ਹੜਤਾਲ ਕਰਨਗੇ। ਅੱਜ ਅਸੀਂ PSAB ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਪੰਜ ਸੂਬੇ ਪੱਧਰ ਤੋਂ ਸਾਡੇ ਮੁਲਾਜ਼ਮ ਆਏ ਨੇ ਔਰ ਸਾਡੀਆਂ ਡਿਮਾਂਡ 'ਚ ਲਗਾਤਾਰ ਅਸੀਂ ਮੀਟਿੰਗਾਂ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਹੱਲ ਹੋਣ, ਪਰ ਜਿਹੜੀ ਮੈਨੇਜਮੈਂਟ ਆ ਸਾਡੀ ਪਾਵਰਕੌਮ ਅਤੇ ਟਰਾਂਸਕੋ ਦੀ, ਉਹ ਮੰਨਿਆ ਹੋਇਆ ਮੰਗਾਂ ਲਾਗੂ ਨਹੀਂ ਕਰਦੀ। ਮਿਸਾਲ ਦੇ ਤੌਰ 'ਤੇ ਇੱਕ ਵਾਰ 11 ਤੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਪੇ ਬੈਂਡ ਮਿਲ ਚੁੱਕਿਆ, ਸਾਨੂੰ ਅੱਜ ਤੱਕ ਨਹੀਂ ਦਿੱਤਾ। 23 ਸਾਲਾ ਪ੍ਰਮੋਸ਼ਨਲ ਸਕੇਲ ਲਗਾਤਾਰ ਸਾਨੂੰ ਬੰਦੇ ਨੇ ਕਿ ਅਸੀਂ ਬਿਨਾਂ ਸ਼ਰਤ ਦੇਵਾਂਗੇ, ਉਹ ਸਾਨੂੰ ਦਿੱਤਾ ਨਹੀਂ ਜਾ ਰਿਹਾ ਹੈਗਾ ਔਰ ਉਹਦੇ 'ਚ ਲਗਾਤਾਰ ਜਿਹੜੀਆਂ ਹੈਗੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਕੰਡੀਸ਼ਨਾਂ ਲਾਈਆਂ ਜਾ ਰਹੀਆਂ ਨੇ। ਵਰਕਚਾਰ ਅਤੇ ਕੰਟਰੈਕਟ ਕੰਮ ਇਹ ਪੱਕੇ ਨਹੀਂ ਕਰ ਕੀਤੇ ਜਾ ਰਹੇ, ਪਾਰਟ ਟਾਈਮ ਸਵੀਪਰ ਜਿਹੜੇ ਨੇ ਉਹ ਹਟਾਏ ਜਾ ਰਹੇ ਨੇ ਔਰ ਸਾਡੀਆਂ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ, ਜਿਹਦੇ 'ਤੇ ਅਸੀਂ ਲਗਾਤਾਰ ਜਿਹੜੀ ਹੈਗੀ ਆ ਗੱਲਬਾਤ ਦੀ ਨੀਤੀ ਅਪਣਾਈ ਹੈ, ਪਰ ਹੁਣ ਮੈਨੇਜਮੈਂਟ ਲਗਾਤਾਰ ਹੈ ਜਿਹੜਾ ਉਹ ਸਾਡੇ ਮੁਲਾਜ਼ਮਾਂ ਨੂੰ ਜੋ ਮੰਡੀਆਂ ਮੰਗਾਂ ਨੇ ਉਹ ਲਾਗੂ ਨਹੀਂ ਕਰ ਰਹੀ, ਜਿਹਦੇ ਕਰਕੇ ਸਾਨੂੰ ਸਮੁੱਚੇ ਤੌਰ 'ਤੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਅੱਜ ਹੈੱਡ ਆਫਿਸ ਪਟਿਆਲਾ ਅੱਗੇ ਧਰਨਾ ਦੇ ਕੇ ਆਪਣਾ ਰੋਸ ਪ੍ਰੋਟੈਸਟ ਕਰ ਰਹੇ ਨੇ। ਅਸੀਂ ਫੈਸਲਾ ਕੀਤਾ ਕਿ ਜੇਕਰ ਮੈਨੇਜਮੈਂਟ ਨੇ ਆਪਣੀਆਂ ਸਾਡੀਆਂ ਮੰਗਾਂ ਲਾਗੂ ਨਾ ਕੀਤੀਆਂ ਬੰਨੀਆਂ ਹੋਈਆਂ, ਤਾਂ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਵਾਂਗੇ ਔਰ ਅਸੀਂ ਵਰਕ ਟੂ ਰੂਲ ਔਰ ਉਹਦੇ ਨਾਲ ਹੀ ਜਿਹੜਾ ਸਾਡਾ ਕਾਲੇ ਝੰਡੇ ਨਾਲ ਵਿਖਾਵੇ ਦਾ ਪ੍ਰੋਗਰਾਮ ਹੈ ਮੈਨੇਜਮੈਂਟ ਦਾ, ਉਹ ਲਗਾਤਾਰ ਜਾਰੀ ਰੱਖਾਂਗੇ ਔਰ ਇਸ ਤੋਂ ਅੱਗੇ ਅਸੀਂ 26 ਤਰੀਕ ਨੂੰ ਜਿਹੜੀ ਹੈਗੀ ਹੈ ਉਹ ਪੰਜਾਬ ਪੱਧਰ 'ਤੇ ਸੂਬਾ ਪੱਧਰ 'ਤੇ ਹੜਤਾਲ ਕਰਾਂਗੇ ਔਰ ਜੇਕਰ ਮੈਨੇਜਮੈਂਟ ਨੇ ਫਿਰ ਵੀ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਲਾਗੂ ਨਾ ਕੀਤੀਆਂ, ਤਾਂ ਇਸ ਦੇ ਦੌਰਾਨ ਅਸੀਂ ਆਪਣਾ ਐਕਸ਼ਨ ਜਿਹੜਾ ਹੋਰ ਤੇਜ਼ ਕਰਾਂਗੇ, ਜਿਹਦੀ ਜ਼ਿੰਮੇਵਾਰੀ ਸਾਰੀ ਮੈਨੇਜਮੈਂਟ ਦੀ ਹੋਏ। ਗੁਰਦਾਸਪੁਰ ਦੀ ਦੌਰਾਂਗਲਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 230 ਗ੍ਰਾਮ ਹੈਰੋਇਨ ਸਣੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਦਰਅਸਲ ਪੁਲਿਸ ਪਾਰਟੀ ਸਾਂਝੇ ਅਭਿਆਨ ਤਹਿਤ ਗਸ਼ਤ ਕਰ ਰਹੀ ਸੀ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ 230 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਇਸ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅਸ਼ਾਕਦੀਨ ਵਾਸੀ ਕਠੂਆ ਜੰਮੂ ਵਜੋਂ ਹੋਈ ਹੈ। ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਜ਼ਿਲ੍ਹਾ ਗੁਰਦਾਸਪੁਰ ਨੂੰ ਉਦੋਂ ਬੜੀ ਵਧੀਆ ਕਾਮਯਾਬੀ ਮਿਲੀ ਜਦੋਂ ਸਾਡੇ ਜਿਹੜੇ ਥਾਣਾ ਦੁਰੰਗਲਾ ਦੇ ਸਬ ਇੰਸਪੈਕਟਰ ਲਖਵਿੰਦਰ ਸਿੰਘ ਸਮੇਤ ਜਿਹੜੇ SI ਬੂਟਾ ਸਿੰਘ ਜਿਹੜੇ ਸਾਡੇ ਇੰਚਾਰਜ ਨੇ ਗੁੰਡਾ ਸਟਾਫ ਦੇ, ਇਹਨਾਂ ਦੀ ਪਾਰਟੀ ਨੇ ਨਾਕਾਬੰਦੀ ਲਾਈ ਲਈ ਜਾ ਰਹੇ ਸੀਗੇ ਤਾਂ ਪਿੰਡ ਬਾਊਪੁਰ ਦੇ ਲਾਗੇ ਨਾਕਾਬੰਦੀ ਦੌਰਾਨ ਇਹਨਾਂ ਨੇ ਇੱਕ ਗੁੱਜਰ ਨੂੰ ਕਾਬੂ ਕੀਤਾ ਜਿਹੜਾ ਕਿ ਮੋਟਰਸਾਈਕਲ ਦੇ ਉੱਤੇ ਆ ਰਿਹਾ ਸੀਗਾ। ਤਾਂ ਉਹਦੇ ਵਿੱਚ ਜਦੋਂ ਉਹਦੀ ਤਲਾਸ਼ੀ ਦੇ ਉੱਤੇ ਨਾਮ ਪਤਾ ਪੁੱਛਿਆ ਤਾਂ ਉਹਦਾ ਨਾਂ ਸੀਗਾ ਅਸ਼ਕਦੀਨ ਸਿੰਘ, ਪੁੱਤਰ ਬਰਕਤ ਅਲੀ, ਗੁੱਜਰ ਵਾਸੀ ਕਠੂਆ, ਵਾਰਡ ਨੰਬਰ 12। ਤਾਂ ਉਹਦੀ ਤਲਾਸ਼ੀ ਕਰਨ ਜਿਹੜੀ ਆ DSP ਸਾਹਿਬ ਨੂੰ ਬੁਲਾ ਕੇ ਸਰਦਾਰ ਬਲਦੇਵ ਸਿੰਘ DSP ਹੈੱਡਕੁਆਰਟਰ ਦੀ ਹਾਜ਼ਰੀ ਵਿੱਚ ਤਲਾਸ਼ੀ ਕਰਨ 'ਤੇ ਉਹਦੇ ਕੋਲੋਂ 230 ਗ੍ਰਾਮ ਜਿਹੜੀ ਆ ਉਹ ਹੈਰਨ ਬਰਾਮਦ ਹੋਈ, ਜੋ ਇਹਦੇ ਸੰਬੰਧੀ ਮੁਕੱਦਮਾ ਜਿਹੜਾ ਆ ਦੁਰੰਗਲੇ 59 ਜਿਹੜਾ ਅੰਡਰ ਸੈਕਸ਼ਨ 21-85 ਦਰਜ ਕਰ ਦਿੱਤਾ ਗਿਆ ਅਤੇ ਤਫਤੀਸ਼ ਚੱਲ ਰਹੀ ਹੈ। ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਹੋਏ ਇੱਕ ਅੱਤਵਾਦੀ ਹਮਲੇ ਵਿੱਚ 4 ਪੁਲਿਸ ਕਰਮੀ ਸ਼ਹੀਦ ਹੋ ਗਏ ਨੇ। ਇੱਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਤਵਾਦੀਆਂ ਨੇ ਜ਼ਿਲ੍ਹੇ ਦੇ ਬੋਨਾਗਾਮ ਇਲਾਕੇ ਵਿੱਚ ਇੱਕਦਮ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ 4 ਪੁਲਿਸ ਕਰਮੀ ਸ਼ਹੀਦ ਹੋ ਗਏ। ਭੀਮਾ ਕੋਰੇਗਾਂਵ ਮਾਮਲੇ ਵਿੱਚ ਮਨੁੱਖੀ ਅਧਿਕਾਰ ਵਰਕਰਾਂ ਦੀ ਗ੍ਰਿਫਤਾਰੀ ਦੇ ਮਾਮਲੇ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ 5 ਵਰਕਰਾਂ ਨੂੰ 5 ਸਤੰਬਰ ਤੱਕ ਨਜ਼ਰਬੰਦ ਰੱਖਣ ਦਾ ਫੈਸਲਾ ਸੁਣਾਇਆ ਏ। ਸੁਪਰੀਮ ਕੋਰਟ ਨੇ ਕਿਹਾ ਏ ਕਿ 5 ਵਰਕਰ 5 ਸਤੰਬਰ ਤੱਕ ਆਪਣੇ ਘਰ ਵਿੱਚ ਨਜ਼ਰਬੰਦ ਰਹਿਣਗੇ। ਇਸ ਦੇ ਨਾਲ ਹੀ ਕੇਂਦਰ ਤੇ ਮਹਾਰਾਸ਼ਟਰ ਸਰਕਾਰ ਨੂੰ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਨੋਟਿਸ ਵੀ ਭੇਜਿਆ ਏ ਜਿਸ ਵਿੱਚ ਪੁੱਛਿਆ ਗਿਆ ਏ ਕਿ ਆਖਿਰ ਕਿਹਨਾਂ ਕਾਰਨਾਂ ਕਰਕੇ ਇਹਨਾਂ ਦੀ ਗ੍ਰਿਫਤਾਰੀ ਹੋਈ। ਮਾਮਲੇ ਦੀ ਅਗਲੀ ਸੁਣਵਾਈ 6 ਸਤੰਬਰ ਨੂੰ ਹੋਵੇਗੀ।
ਫਿਲੀਪੀਨਜ਼ ਵਿੱਚ ਹੋਏ ਇੱਕ ਬੰਬ ਧਮਾਕੇ ਦੌਰਾਨ ਇੱਕ ਵਿਅਕਤੀ ਦੀ ਮੌਤ ਤੇ 35 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਏ। ਦਰਅਸਲ ਦੱਖਣੀ ਫਿਲੀਪੀਨਜ਼ ਦੇ ਸੁਲਤਾਨ ਕੁਦਰਤ ਸੂਬੇ ਵਿੱਚ ਇੱਕ ਉਤਸਵ ਦੌਰਾਨ ਮੋਟਰਸਾਈਕਲ ਦੇ ਹੇਠਾਂ ਬੰਬ ਧਮਾਕਾ ਹੋਇਆ, ਜਿਸ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 35 ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਦਾ ਕਹਿਣਾ ਏ ਕਿ ਕਾਰਵਾਈ ਆਰੰਭ ਦਿੱਤੀ ਗਈ ਹੈ, ਪਰ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।